ਤੁਹਾਡਾ ਏਕਤਾ ਲਾਇਆ ਨਿਊਜ਼ ਦੇ ਵਿੱਚ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਬੜੇ ਮਾਣ ਵਾਲੀ ਗੱਲ ਆ ਕਿ ਤਹਿਸੀਲ ਦੇ ਵਿੱਚੋਂ ਇੱਥੇ 5 ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆਏ ਨੇ ਬਹੁਤ ਮਾਪੇ ਖੁਸ਼ ਨੇ ਸਟਾਫ ਖੁਸ਼ ਆ ਸਟਾਫ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੂੰਹ ਮਿੱਠਾ ਕਰਾਇਆ ਜਾ ਰਿਹਾ ਵਾ ਮੈਂ ਗੱਲਬਾਤ ਵੀ ਕਰਾਂਗਾ क्योंकि जिहड़ा स्टाफ है स्टाफ की मेहनत हुंदी आ टीचरां दी मेहनत हुंदी आ बच्चियां दी पढ़ाई हुंदी आ बच्चियां दा जिहड़ा मां बाप दा जिहड़ा नां रोशन करदे ने अज इहनां ने नां रोशन कीता मैं सब तो पहले बच्चियां नाल मिलावांगा तुहानूं मेरे पिछे बच्चे तुसीं देख सकदे हो हां बेटा की नाम नवदीप कौर केड़ी क्लास 10th किन्ने नंबर आए रे 97% क्लैपिंग करदे हो इक जोरदार बहुत-बहुत मुबारकां थैंक यू मैं आप ते प्राउड फील कर रही हां ते वधिया लग रहा कि जिन्नी आपा मेहनत करी दिया ओदा फल वधिया मिल रहा स्टाफ किदां दा लगा तैनू स्टाफ नहीं मेहनत स्टाफ वधिया ऑब्वियसली उना दी उना दा हार्ड वर्क आके अज असी इत्थे हां बिल्कुल वाह बेटा की ना समृद्धि केड़ी जगह तो केड़ा हां जी नकोदर नकोदर केड़ी क्लास है 10th ਕਿੰਨੇ ਨੰਬਰ ਆਏ ਮੇਰੇ 97.69% ਵੈਰੀ ਗੁੱਡ ਕਲੈਪਿੰਗ ਜ਼ਰੂਰ ਨਾਲ ਵੈਰੀ ਗੁੱਡ ਅੱਛਾ ਬੱਚੇ ਬੜਾ ਮੁਸਕਰਾ ਰਹੇ ਹੋ ਬਹੁਤ ਖੁਸ਼ੀ ਹੈ ਮੈਨੂੰ ਲੱਗਦਾ ਹਾਂਜੀ ਖੁਸ਼ੀ ਬਹੁਤ ਹੈ ਹਾਂਜੀ ਕਿਉਂਕਿ ਆਬਵੀਅਸਲੀ ਇੰਨੇ ਵਧੀਆ ਪੋਜੀਸ਼ਨ ਤੇ ਆਏ ਆ ਤੇ ਆਈ ਥਿੰਕ ਹਰ ਬੱਚੇ ਨੂੰ ਚਾਂਸ ਨਹੀਂ ਮਿਲਦਾ ਹੁੰਦਾ ਸੋ ਮੈਂ ਬਹੁਤ ਗ੍ਰੇਟਫੁਲ ਆ ਰੱਬ ਦੀ ਵੀ ਕਿ ਮੈਂ ਇੱਥੇ ਪਹੁੰਚੀ ਆ ਸਕੂਲ ਬਹੁਤ ਵੱਡੇ ਵੱਡੇ ਆ ਟੈਗੋਰ ਮਾਡਲ ਸਕੂਲ ਇਹ ਸਟਾਫ ਕਿਦਾਂ ਦਾ ਲੱਗਾ ਤੁਹਾਨੂੰ ਇਹਨਾਂ ਦਾ ਸੋ ਆਈ ਥਿੰਕ ਸਾਡਾ ਸਟਾਫ ਮਤਲਬ ਨਕੋਦਰ ਚ ਦੇਖੀਏ ਤਾਂ ਬੈਸਟ ਮੈਨੇਜਮੈਂਟ ਆ ਸਾਡੇ ਸਕੂਲ ਦੀ ਕਿਉਂਕਿ ਇੱਕ ਤਾਂ ਇੱਥੇ ਫੀਸ ਇੰਨੀ ਲੋ ਆ ਪਲੱਸ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਬਹੁਤ ਹਾਈ ਲੈਵਲ ਦੀ ਮਿਲਦੀ ਆ ਜਿਹੜੇ ਇੰਟਰਨੈਸ਼ਨਲ ਸਕੂਲਸ ਆ ਉਹਨਾਂ ਦੇ ਵੀ ਕੰਪੈਰੀਜ਼ਨ ਸਾਡਾ ਸਕੂਲ ਬਹੁਤ ਵਧੀਆ ਤਰ੍ਹਾਂ ਕਰਦਾ ਸੋ ਆਈ ਥਿੰਕ ਸਾਡਾ ਸਟਾਫ ਬਹੁਤ ਵਧੀਆ ਕੀ ਬੰਨਾ ਵੱਡੇ ਹੋ ਗਏ ਬੱਚੇ ਅਜੇ ਸੋਚਿਆ ਨਹੀਂ ਸ਼ੁਕਰੀਆ ਕੀ ਨਾਮ ਬੱਚੇ ਜਸਦੀਪ ਕਿਹੜਾ ਪਿੰਡ ਹੈ ਲੋਕਲ ਲੋਕਲ ਕਿੰਨੇ ਨੰਬਰ ਆਏ 98.31% ਕਿਹੜੀ ਕਲਾਸ ਹੈ 10th ਕਿਸ ਤਰ੍ਹਾਂ ਅੱਜ ਲੱਗ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਅਨਐਕਸਪੈਕਟਿਡ ਸੀਗਾ ਮੈਰਿਟ ਵਿੱਚ ਆਉਣਾ ਮੈਂ ਆਪਣੇ ਵੱਲੋਂ ਆਪਣਾ ਬੈਸਟ ਦਿੱਤਾ ਸੀਗਾ ਬਸ ਰੱਬ ਦੇ ਪ੍ਰੋਸੈਸ ਸੀਗਾ ਕਿ ਮੈਰਿਟ ਵਿੱਚ ਆ ਜਾ ਤੇ ਬਹੁਤ ਖੁਸ਼ ਹਾਂ ਟੈਗੋਰ ਮਾਡਲ ਸਕੂਲ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆ ਕਿਸ ਤਰ੍ਹਾਂ ਲੱਗਾ ਦਾ ਕਿਦਾਂ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਸਕੂਲ ਮੇਰਾ ਬੈਸਟ ਹੈ ਮੈਂ ਸ਼ੁਰੂ ਤੋਂ ਸਕੂਲ ਦੇ ਵਿੱਚ ਪੜ੍ਹਦੀ ਹਾਂ ਤੇ ਮੈਨੂੰ ਆਪਣਾ ਸਕੂਲ ਬਹੁਤ ਜ਼ਿਆਦਾ ਪਸੰਦ ਆ ਤੇ ਮੇਰਾ ਸਾਰੇ ਸਕੂਲ ਦਾ ਬਹੁਤ ਸਟਾਫ ਵੀ ਬਹੁਤ ਵਧੀਆ ਵਾ ਸਾਰੇ ਟੀਚਰਸ ਵੀ ਬਹੁਤ ਹਾਰਡ ਵਰਕ ਕਰਦੇ ਆ ਸਾਡੇ ਪ੍ਰਿੰਸੀਪਲ ਵੀ ਬਹੁਤ ਹਾਰਡ ਵਰਕ ਕਰਦੇ ਆ ਜੇ ਸਾਨੂੰ ਕੋਈ ਪ੍ਰੋਬਲਮ ਹੁੰਦੀ ਸਾਡੀ ਹਮੇਸ਼ਾ ਪ੍ਰੋਬਲਮ ਸੁਣਦੇ ਆ ਤੇ ਸਾਨੂੰ ਹਮੇਸ਼ਾ ਵਧੀਆ ਗਾਈਡ ਕਰਦੇ ਆ ਕੀ ਬੰਨਾ ਬੱਚੇ ਵੱਡੇ ਹੋ ਗਏ ਮੈਂ ਵੀ ਨਹੀਂ ਸੋਚਿਆ ਹਾਂਜੀ ਜੈਸਮੀਨ ਜੀ ਨਾ ਬੇਟੇ ਜੈਸਮੀਨ ਨਕੋਦਰ ਤੋਂ ਨਹੀਂ ਉੱਗੀ ਤੋਂ ਉੱਗੀ ਤੋਂ ਹਾਂਜੀ ਕਿੰਨੇ ਨੰਬਰ ਆਏ ਤੁਹਾਡੇ 98.41% ਗੁੱਡ ਕਲੈਪਿੰਗ ਜ਼ਰੂਰ ਹੋਣੀ ਚਾਹੀਦੀ ਹੈ ਬੱਚੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਕ ਤਾਂ ਰੱਬ ਤੇ ਵਿਸ਼ਵਾਸ ਪੂਰਾ ਰੱਖੋ ਤੇ ਆਪਣੇ ਤੇ ਵੀ ਵਿਸ਼ਵਾਸ ਰੱਖੋ ਕਿ ਹਾਂ ਮੈਂ ਕਰ ਸਕਦੀ ਹਾਂ ਤੇ ਆਪਣੇ ਜਿਹੜੇ ਸਾਰੇ ਗੁਰੂ ਆ ਟੀਚਰਸ ਆ ਉਹਨਾਂ ਦਾ ਮਾਨ ਸਨਮਾਨ ਕਰੋ ਕੋਈ ਵੀ ਕੁਐਸਚਨ ਆ ਤਾਂ ਉਹਨਾਂ ਨੂੰ ਪੁੱਛੋ ਇਹ ਨਾ ਹੋਵੇ ਕਿ ਤੁਸੀਂ ਬੈਠੇ ਰਹੋ ਤੇ ਕੋਈ ਅੱਗੇ ਨਿਕਲ ਜੇ कौन कहता लड़कियां आई दी पिछे लड़कियां मेरे पिछे तुम देख रहे हो ये बच्चे ने देश का भविख ने ये आने वाले टाइम के डॉक्टर बन गए इंजीनियर बन गए पायलट बन गए इन्ने वधिया नंबर जिहड़े एक टैगोर स्कूल दे विचों लैके जाना बड़े माण की गल आ मापे भी मेरे ख्याल नाल आए हैं भाजी सत श्री अकाल भाजी सत श्री अकाल जी की ना सर इंद्रजीत सिंह थोड़ी जगह जाओ प्लीज हाँ किहड़ा पिंड जी तलवंडी भरो जी तलवंडी भरो ਤੁਹਾਡੇ ਬੱਚਾ ਇਹਨੇ ਅੱਜ ਟੌਪ ਕੀਤੀ ਹੈ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਟੈਗੋਰ ਸਕੂਲ ਦੇ ਸਟਾਫ ਦਾ ਅਤੇ ਬੱਚਿਆਂ ਦੀ ਮਿਹਨਤ ਦਾ ਵੀ ਬਹੁਤ ਮਿਹਨਤ ਕਰਕੇ ਬੱਚੇ ਇਸ ਪੋਜੀਸ਼ਨ 'ਤੇ ਪਹੁੰਚੇ ਆ ਜੀ ਸਰ ਪ੍ਰਾਈਵੇਟ ਸਕੂਲਾਂ ਦੀ ਜੇ ਦੇਖਿਆ ਜਾਵੇ ਤਾਂ ਫੀਸ ਬਹੁਤ ਹੁੰਦੀ ਆ ਐਡਮਿਸ਼ਨਾਂ ਬਹੁਤ ਹੁੰਦੀਆਂ ਆ ਇੱਥੇ ਦਾ ਕਿੰਨਾ ਮਾਹੌਲ ਆ ਇੱਥੇ ਫੀਸ ਬਹੁਤ ਜੈਨੂਅਨ ਲਈ ਜਾਂਦੀ ਆ ਜੀ ਵਧੀਆ ਸਕੂਲ ਜਿਹੜੇ ਹੋ ਰਿਹਾ ਉਹਨਾਂ ਤੋਂ ਵੀ ਜ਼ਿਆਦਾ ਪੜ੍ਹਾਈ ਕਰਵਾਈ ਜਾਂਦੀ ਆ ਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅਸੀਂ ਸਾਰੇ ਮਾਪਿਆਂ ਨੂੰ ਕਹਿੰਦੇ ਆ ਵੀ ਚੰਗੇ ਸਕੂਲ 'ਚ ਬੱਚਿਆਂ ਨੂੰ ਪੜ੍ਹਾ ਕੇ ਮਾਪੇ ਦੇ ਸਟਾਫ ਦਾ ਨਾਮ ਰੋਸ਼ਨ ਕਰਨ ਜੀ ਬਿਲਕੁਲ ਨਾਮ ਰੋਸ਼ਨ ਕਰ ਰਹੇ ਨੇ ਜ਼ਰੂਰ ਕੀਤਾ ਆ ਇਹ ਬੱਚੇ ਨਾਲ ਨੇ ਪ੍ਰਿੰਸੀਪਲ ਮੈਡਮ ਸਾਡੇ ਨਾਲ ਮੌਜੂਦ ਆ ਸਰ ਮੈਮ ਦੇ ਨਾਲ ਗੱਲਬਾਤ ਕਰਾਂਗਾ ਜੋ ਪ੍ਰਿੰਸੀਪਲ ਨੇ ਇੱਥੇ ਮੈਮ ਨਮਸਕਾਰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਮੇਰੇ ਲਈ ਬੜਾ ਹੀ ਪ੍ਰਾਊਡ ਮੂਮੈਂਟ ਆ ਕਿ ਮੇਰੀਆਂ ਬੱਚੀਆਂ 5 ਸਟੂਡੈਂਟ ਆ ਜਿਹੜੇ ਮੈਰਿਟ ਵਿੱਚ ਆਏ ਔਰ ਮੈਨੂੰ ਇਹਨਾਂ 'ਤੇ ਬੜਾ ਮਾਣ ਆ
ਤੇ ਇਹ ਲੜਕੀਆਂ ਸਾਨੂੰ ਪਤਾ ਸੀ ਕਿ ਇਹ ਸਟੂਡੈਂਟ ਮੈਰਿਟ 'ਚ ਆਣਗੇ ਕਿਉਂਕਿ ਇਹ ਦਿਨ ਰਾਤ ਮਿਹਨਤ ਕਰਦੇ ਸੀ ਸਟਾਫ ਦੇ ਨਾਲ ਇਹਨਾਂ ਦੀ ਬੜੀ ਕੋਆਪਰੇਸ਼ਨ ਸੀ ਹਰ ਚੀਜ਼ ਨੂੰ ਮੈਨੇਜ ਕਰਦੇ ਸੀ ਘਰ ਵਿੱਚ ਬੈਠੇ ਵੀ ਹੌਲੀਡੇਜ਼ ਜਦੋਂ ਪੇਪਰ ਤੋਂ ਪਹਿਲਾਂ ਸੀ ਉਹਨਾਂ ਦੇ ਵਿੱਚ ਵੀ ਜੇ ਕੋਈ ਪ੍ਰੋਬਲਮ ਆਉਂਦੇ ਸੀ ਤਾਂ ਡਿਸਕਸ਼ਨ ਕਰਕੇ ਉਹਨਾਂ ਨੂੰ ਸੋਲਵ ਕਰਦੇ ਸੀ ਔਰ ਇਸ ਤਰ੍ਹਾਂ ਸਾਡਾ ਰਿਜ਼ਲਟ ਜਿਹੜਾ ਸਾਰਾ ਹੀ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਵਧੀਆ ਹੋਏਗਾ ਔਰ ਡਿਸਟ੍ਰਿਕਟ ਦੇ ਵਿੱਚੋਂ ਮੇਰੀਆਂ ਲੜਕੀਆਂ ਨੇ ਸੈਕਿੰਡ ਥਰਡ ਫੋਰਥ ਔਰ ਸਿਕਸਥ ਪੁਜੀਸ਼ਨ ਹਾਸਿਲ ਕੀਤੀ ਆ ਔਰ ਤਹਿਸੀਲ ਦੇ ਵਿੱਚੋਂ ਫਸਟ ਸੈਕਿੰਡ ਥਰਡ ਔਰ ਫੋਰਥ ਪੁਜੀਸ਼ਨ ਹਾਸਿਲ ਕੀਤੀ ਆ ਸਕੂਲ ਵਿੱਚੋਂ ਤਾਂ ਹੈ ਹੀ ਇਹ ਮਾਣ ਵਾਲੀ ਗੱਲ ਹੈ ਓਕੇ ਥੈਂਕ ਯੂ ਇੱਕ ਮੁਸਕਰਾਹਟ ਆ ਖੁਸ਼ ਹੋ ਰਹੇ ਨੇ ਸਰ ਟਿੰਗਰਾ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਅੱਜ ਸਾਨੂੰ ਕਵਰ ਕੀਤਾ ਅਤੇ ਸਾਡੇ ਮਾਤਾ ਜੀ ਨੇ 42 ਸਾਲ ਪਹਿਲਾਂ ਸਕੂਲ ਸ਼ੁਰੂ ਕੀਤਾ ਜੀ ਸ਼ਸ਼ੀਕਾਂਤ ਪ੍ਰਾਸ਼ਰ ਉਹਨਾਂ ਨੇ ਕਿ ਸਕੂਲ ਫੀਸ ਨਾਲ ਨਾ ਜਾਣਿਆ ਜਾਵੇ ਸਕੂਲ ਕੁਆਲਿਟੀ ਨਾਲ ਜਾਣਿਆ ਜਾਵੇ ਅਤੇ ਉਹਨੂੰ ਫੁੱਲ ਲੱਗੇ ਆ 10 ਵਾਰੀ ਤੋਂ ਵੱਧ ਮੈਰਿਟਾਂ ਆਈਆਂ ਵਾਰ ਇਸ ਵਾਰ ਸਭ ਤੋਂ ਮੈਰਿਟਾਂ ਵੱਧ ਇਸ ਵਾਰ ਆਈਆਂ ਵਾ ਔਰ ਦੂਜੀ ਗੱਲ ਇਹ ਕਿ ਜਿਹੜੀ ਤੁਸੀਂ ਪ੍ਰਸ਼ਨ ਕਰ ਰਹੇ ਸੀਗੇ ਵੀ ਛੋਟਾ ਸਕੂਲ ਆ ਪਰ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਔਰ ਅੱਜ ਜਿਹੜੀਆਂ 5 ਮੈਰਿਟਾਂ ਆਈਆਂ ਜਿਹੜੇ ਐਜੂਕੇਸ਼ਨ ਜਿਹੜੀ ਆ ਉਹ ਪੈਸਿਆਂ ਦੀ ਧਰੋਹਰ ਨਹੀਂ ਹੈਗੀ ਸਾਡੇ ਮੈਨੇਜਮੈਂਟ ਦੇ ਪਰਸਨ ਹੈਗੇ ਉਹਨਾਂ ਦੀ ਬੱਚੀ ਵੀ ਮੈਰਿਟ 'ਚ ਆਈ ਆ ਸਾਡੇ ਟਰਾਂਸਪੋਰਟ ਨਾਲ ਰਿਲੇਟਡ ਬੰਦੇ ਹੈਗੇ ਉਹਨਾਂ ਦੀ ਵੀ ਮੈਰਿਟ 'ਚ ਆਈ ਆ ਸਾਡੇ ਅਧਿਆਪਕ ਆ ਉਹਨਾਂ ਦੀ ਵੀ ਜਿਹੜੀ ਬੇਟੀ ਮੈਰਿਟ 'ਚ ਆਈ ਆ ਇੱਕ ਸਮੁੱਚਾ ਜਿਹੜਾ ਲੋਕ ਕਹਿ ਦਿੰਦੇ ਜੀ ਪੈਸੇ ਵਾਲੇ ਬੰਦੇ ਉੱਪਰ ਲੈ ਜਾਂਦੇ ਆ ਟਿਊਸ਼ਨਾਂ ਨਾਲ ਉੱਪਰ ਚਲੇ ਜਾਂਦੇ ਆ ਇੱਦਾਂ ਦਾ ਕੰਮ ਨਹੀਂ ਹੈਗਾ ਥੱਲੇ ਉਹ ਲੈ ਕੇ ਉੱਪਰ ਤੱਕ ਸਾਰੇ ਲੋਕਾਂ ਦਾ ਬਰਾਬਰ ਬੈਲੈਂਸਡ ਇਹ 5 ਆਈਆਂ ਮੈਂ ਤਾਂ ਮੈਂ ਸਟਾਫ ਨੂੰ ਸ਼ਹਿਰ ਵਾਸੀਆਂ ਨੂੰ ਸਹਿਯੋਗ ਲਈ ਬਹੁਤ ਬਹੁਤ ਵਧਾਈ ਦਿੰਦਾ ਨਮਸਕਾਰ ਮੈਮ ਨਮਸਤੇ ਜੀ ਕੀ ਨਾਮ ਹੈ ਮੇਰਾ ਨਾਮ ਸਿਮਰਨ ਕੱਲਾ ਅੱਜ ਕਿਸ ਤਰ੍ਹਾਂ ਦੇਖਦੇ ਹੋ ਬੱਚੇ ਜਿਹੜੇ ਮੈਰਿਟ 'ਚ ਮੈਂ ਬਹੁਤ ਬਹੁਤ ਮੈਂ ਐਕਸਪਲੇਨ ਨਹੀਂ ਕਰ ਸਕਦੀ ਮੈਂ ਕਿੰਨੀ ਖੁਸ਼ ਹਾਂ ਮੈਂ ਥੈਂਕਸ ਕਰਦੀ ਹਾਂ ਪੂਰੇ ਸਕੂਲ ਦਾ ਅਤੇ ਆਪਣੇ ਬੱਚੇ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਅਤੇ ਇਸ ਪੋਜੀਸ਼ਨ 'ਤੇ ਆਏ ਆ ਅਤੇ ਸਾਡਾ ਨਾਮ ਪੇਰੈਂਟਸ ਦਾ ਨਾਮ ਵੀ ਉੱਚਾ ਕੀਤਾ ਹੈ ਸੋ ਥੈਂਕ ਯੂ ਆ ਬਾਕੀ ਦੇ ਬੱਚਿਆਂ ਦੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਕਹੂੰਗੀ ਕਿ ਮਿਹਨਤ ਕਰੋ ਅਤੇ ਬਾਕੀ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਕੂਲ ਦੇ ਵਿੱਚ ਟੀਚਰਸ ਦੇ ਨਾਲ ਆਪਣਾ ਸੰਪਰਕ ਰੱਖੋ ਅਤੇ ਟੀਚਰਸ ਸੁਣਦੇ ਵੀ ਆ ਬਸ ਮੇਰੇ ਕੋਲ ਨਮਸਕਾਰ ਸਰ ਹਾਂਜੀ ਨਮਸਕਾਰ ਜੀ ਕੀ ਨਾਮ ਸਰ ਮੇਰਾ ਨਾਮ ਨਿਸ਼ਾਂਤ ਪਰਾਸ਼ਰ ਹੈ ਜੀ ਸਰ ਅੱਜ ਬੱਚੇ ਮੈਰਿਟ 'ਚ ਆਏ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਇਹਨਾਂ ਬੱਚਿਆਂ 'ਤੇ ਇਹਨਾਂ ਦੀ ਮਿਹਨਤ 'ਤੇ ਔਰ ਇਹਦੇ ਨਾਲ ਨਾਲ ਹੀ ਸਾਡੇ ਸਟਾਫ 'ਤੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਵਾਈ ਔਰ ਮੈਨੂੰ ਡਬਲ ਖੁਸ਼ੀ ਹੈ ਕਿਉਂਕਿ ਬੇਸਿਕਲੀ ਮੇਰੀ ਬੇਟੀ ਵੀ ਹੈ ਔਰ ਮੇਰੀ ਸਟੂਡੈਂਟ ਵੀ ਹੈ ਔਰ ਸਾਰੇ ਮੇਰੇ ਸਟੂਡੈਂਟਸ ਹੈਗੇ ਆ ਸੋ ਐਜ਼ ਟੀਚਰ ਵੀ ਔਰ ਐਜ਼ ਪੇਰੈਂਟ ਵੀ ਮੈਨੂੰ ਡਬਲ ਖੁਸ਼ੀ ਹੋਈ ਹੈ ਔਰ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਇੱਕ ਮੈਸੇਜ ਇਹਦੇ ਵਿੱਚ ਜਾਂਦਾ ਕਿ ਟੌਪ 5 ਪੋਜੀਸ਼ਨ ਤਹਿਸੀਲ ਦੀਆਂ ਜਿਹੜੀਆਂ ਹੈਗੀਆਂ ਸਾਡੇ ਬੱਚਿਆਂ ਨੇ ਲਿੱਤੀਆਂ ਔਰ ਇਹ 'ਚ ਵੀ ਇੱਕ ਜਿਹੜਾ ਮਿਸਕਨਸੈਪਸ਼ਨ ਆ ਕਈ ਪੇਰੈਂਟਸ ਦਾ ਕਈ ਲੋਕਾਂ ਦਾ ਕਿ ਬੋਰਡ ਦਾ ਫਰਕ ਆ ਕਈ ਸੋਚਦੇ CBSE ਮੇ ਬੀ ਜਿਹੜੇ ਹੈਗੇ ਬੋਰਡਸ ਉਹ ਕੋਈ ਜ਼ਿਆਦਾ ਐਕਸਟਰਾ ਆਰਡਨਰੀ ਐਜੂਕੇਸ਼ਨ ਦੇ ਰਹੇ ਆ ਪੰਜਾਬ ਬੋਰਡ ਦੇ ਸਕੂਲਸ ਨਹੀਂ ਦੇ ਰਹੇ ਸੋ ਇੱਕ ਮਿਸਕਨਸੈਪਸ਼ਨ ਆ ਮੈਂ ਕਹੂੰਗਾ ਔਰ ਜਿਹੜੇ ਪੰਜਾਬ ਬੋਰਡ ਦੇ ਜਿਹੜੇ ਸਟੂਡੈਂਟਸ ਆ ਜਿਹੜੇ ਅੱਜ ਵੀ ਜਿਹਨਾਂ ਨੇ ਟੌਪ ਕੀਤਾ 98% ਤੋਂ ਉੱਪਰ ਅਚੀਵ ਕੀਤਾ ਔਰ ਸਾਡੇ ਹਰ ਸਾਲ ਜਿਹੜੇ ਬੱਚੇ ਹੈਗੇ ਆਇਲਸ ਦੇ ਵਿੱਚ 8 ਤੋਂ ਉੱਪਰ ਬੈਂਡ ਲੈ ਕੇ ਜਾਂਦੇ ਆ ਜਿੰਨੇ ਵੀ ਲੋਕਲ ਆਇਲਸ ਇੰਸਟੀਚਿਊਟਸ ਵੀ ਹੈਗੇ ਆ ਉਹ ਮਤਲਬ ਅਕਸਰ ਸਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਜਦੋਂ ਵੀ ਆਇਲਸ ਦੇ ਐਗਜ਼ਾਮ ਜਦੋਂ ਹੁੰਦੇ ਆ ਤਾਂ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਤਕਰੀਬਨ ਉਹੀ ਟੌਪਰਸ ਹੁੰਦੇ 8 ਬੈਂਡ 8.5 ਬੈਂਡਸ ਮਤਲਬ ਨੋਰਮਲੀ ਬੜੇ ਆਰਾਮ ਨਾਲ ਲੈ ਕੇ ਜਾਂਦੇ ਆ ਔਰ ਈਵਨ ਜਿਹੜੇ ਕੰਪੀਟੀਟਿਵ ਐਗਜ਼ਾਮਸ ਆ ਚਾਹੇ ਉਹ JEE ਆ ਚਾਹੇ ਉਹ ਨੀਟ ਆ ਜਾਂ ਹੋਰ ਫਰਦਰ ਇਦਾਂ ਦੇ ਐਗਜ਼ਾਮਸ ਆ ਉਹ 'ਚ ਸਾਡੇ ਜਿਹੜੇ ਸਟੂਡੈਂਟਸ ਆ ਮਤਲਬ ਦੇ ਸਕੋਰ ਰੀਅਲੀ ਗੁੱਡ ਮਾਰਕਸ ਬਹੁਤ ਅੱਛੇ ਮਾਰਕਸ ਲੈ ਕੇ ਜਾਂਦੇ ਹਮੇਸ਼ਾ ਟੌਪਰਸ ਦੇ ਵਿੱਚੋਂ ਆਉਂਦੇ ਆ 42 ਸਾਲ ਤੋਂ ਜਿਹੜਾ ਬੂਟਾ ਲਾਇਆ ਇਹਨਾਂ ਨੇ 42 ਸਾਲ ਹੋ ਗਏ ਜਿਹੜਾ ਟੋਰ ਸਕੂਲ ਨੂੰ ਚਲਾਉਂਦੇ ਹੋਏ ਇੱਕ ਮੇਰੇ ਨਾਲ ਸ਼ਖਸੀਅਤ ਖੜੀ ਆ ਜਿਹਨੂੰ ਤੁਸੀਂ ਸ਼ਾਇਦ ਜਗ੍ਹਾ ਜਗ੍ਹਾ ਪਛਾਣਦੇ ਹੋਵੋਗੇ ਇਹਨਾਂ ਨੇ ਇੱਕ 42 ਸਾਲ ਇਹਨਾਂ ਦੀ ਤੁਹਾਡੀ ਮਿਹਨਤ ਲੱਗੀ ਆ ਕੀ ਕਹਿਣਾ ਚਾਹੋਗੇ ਸਰ ਮੈਂ 42 ਸਾਲ ਦਾ ਕੀ ਚਾਹਤਾ ਮੈਂ ਤਾਂ ਇੰਝ ਉਮੀਦ ਕਰਦਾ ਕਿ ਇਹ ਸਕੂਲ ਦਾ ਤੁਹਾਡੇ ਵਰਗੇ ਸੱਜਣਾਂ ਦਾ ਕੰਟਰੀਬਿਊਸ਼ਨ ਹੈ ਜੀ ਮੇਰੇ ਪੇਰੈਂਟਸ ਮੇਰੇ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਅੱਗੇ ਹੋ ਕੇ ਆਉਂਦੇ ਆ ਨੋ ਡਾਊਟ ਮੈਂ ਉਹਨਾਂ ਦਾ ਕਿੰਨਾ ਦੇਣਦਾਰ ਹਾਂ ਕਿਉਂਕਿ ਮੈਂ ਤਾਂ ਬਹੁਤ ਗਰੀਬ ਫੈਮਿਲੀ ਦਾ ਬੱਚਾ ਸੀ ਜੀ 5-6 ਸਾਲ ਮੈਂ ਇੱਦਾਂ ਲਗਾਏ ਵਾਲਕ ਜੀ ਨੂੰ ਪਰ ਉਹ ਬਾਅਦ 5-6 ਸਾਲ ਜਿਹੜੇ ਮੇਰੇ ਲੱਗੇ ਹੋਏ ਉਹ ਇੰਨੇ ਕਾਊਂਟ ਕੀਤੇ ਆ ਵਾਲਕ ਜੀ ਨੂੰ ਉਹ ਇਕੱਲੇ ਸਕੂਲ ਇਕੱਲਾ ਇੰਸਟੀਟਿਊਸ਼ਨ ਆ ਕੇ ਪੁੱਛਦਾ ਉਹ ਯਾਰ ਤੁਸੀਂ ਕੀ ਕਰੀ ਜਾਂਦੇ ਹੋ ਮੈਂ ਕਿਹਾ ਜੀ ਬੱਚਿਆਂ ਕੋਲ ਲੈਂਦੇ ਨਹੀਂ ਬੱਚਿਆਂ ਦੇ ਮਾਂ ਬਾਪ ਕੋਲ ਮੰਗਦੇ ਨਹੀਂ ਜੋ ਸਾਨੂੰ ਦਿੰਦੇ ਅਸੀਂ ਲਾ ਲੈਂਦੇ ਹਾਂ ਦੈਟਸ ਆਲ ਬੱਚੇ ਇਸੇ ਇੰਪਰੂਵਮੈਂਟ ਕਰਦੇ ਆ ਸੋ ਆਹ ਚੀਜ਼ ਹੈ ਅਸੀਂ ਪੇਰੈਂਟਸ ਕੋਲ ਤਾਂ ਬਾਹਰ ਲੱਗ ਜੀ ਨੂੰ ਕੁਛ ਕਲੇਮ ਨਹੀਂ ਕਰਦੇ ਜਿਹੜੀ ਮਜਬੂਰੀ ਹੁੰਦੀ ਹੈ ਉਹਨਾਂ ਪੇਰੈਂਟਸ ਨੂੰ ਕਹੀਦੇ ਆਹ ਮਜਬੂਰੀ ਹੈ ਬੱਚਿਆਂ ਨੂੰ ਦੇਣਾ ਹੁੰਦਾ ਕਰੀਏ ਕੀ
बहुत बहुत शुक्रिया जी। तस्वीर तुहानू टैगोर मॉडल स्कूल दियाँ दिखा रहे थे, टैगोर मॉडल सीनियर स्कूल दियाँ तस्वीर मैं पिछे दिखा रहा है। इतने के जोड़े बच्चे आ, पांच बच्चे ने मैरिट स्थान लिया वा, मैरिट के आए ने, बच्चे खुश आ, माँ बाप खुश आ, स्कूल का सारा स्टाफ खुश आ, बच्चों के माँ बाप खुश आ। एक बहुत वधिया उपराला जो टैगोर स्कूल वाले ने किया आ, तो इदा ही ये उपराला करते रहेंगे। कैमरा परसन सुमित धींगड़ा के नाल सुशील धींगड़ा, एकता लहर न्यूज़, नकोदा।